मां बगलामुखी धाम गुलमोहर सिटी पुरानी होशियारपुर रोड में मां बगलामुखी जी की अपार कृपा से 56 भोग एवं मासिक हवन यज्ञ आयोजित किया गया। इस अवसर पर सावन के महीने में धाम में मां बगलामुखी जी को 56 भोग लगाए गए, जिसमें महामाई के भक्त शामिल हुए और आशीर्वाद प्राप्त किया। इस अवसर पर दैनिक सवेरा के मुख्य संपादक शीतल विज ने मुख्य अतिथि के रूप में शिरकत कर मां बगलामुखी जी का आशीर्वाद लिया। इस अवसर पर मनोरंजन कालिया, रानी सरीन, राजेश विज, कॉमेडियन संदीप पतीला, नीलकंठ जज सीमा गल्होत्रा सहित पंजाब महिला विंग आम आदमी पार्टी के प्रधान राजविंदर कौर भी शामिल रहे। दरबार से अज मस्तक होते रहते हैं, लगातार अपनी अरदास बेनतियां लगातार करते रहते हैं। अज भी थोड़े दरबार से आए मां, अज 56 भोग है, अपने सारे भगतों आशीर्वाद देना है। ये जिहड़ा भोग है हर साल मां तुहानू जिहड़ा लगाईदा, सावन महीने का जिहड़ा जुलाई का लास्ट संडे है उस दिन लगाईदा। अज बहुत ही इंद्र महाराज भी प्रसन्न सी सवेर दे, ਅਤੇ ਭਗਤ ਵੀ ਪੂਰੇ ਪ੍ਰਸੰਨ ਸੀ, ਅਤੇ ਭਗਤ ਵੀ 6-6 ਵਜੇ ਦੇ ਸਵੇਰੇ 5:30 ਵਜੇ ਦੇ ਲੱਗੇ ਹੈ ਸੇਵਾ ਦੇ ਵਿੱਚ। ਅਤੇ ਆਪਣੇ ਸਾਰੇ ਭਗਤਾਂ ਦੇ ਉੱਤੇ ਆਸ਼ੀਰਵਾਦ ਦੇਣਾ ਹੈ। ਔਰ ਆਪਣਾ ਬੱਚਾ ਜਿਹੜਾ ਤੁਹਾਡਾ ਸ਼ੀਤਲ ਵਿੱਚ ਹੈ, ਤੁਹਾਡੇ ਦਰਬਾਰ 'ਤੇ ਨਤਮਸਤਕ ਹੈ, ਘਰ ਪਰਿਵਾਰ 'ਤੇ ਸੁੱਖ ਸ਼ਾਂਤੀ ਦੇਣੀ ਹੈ, ਆਸ਼ੀਰਵਾਦ ਦੇਣਾ, ਸਰੀਰਕ ਰੋਗਤਾ ਦੇਣੀ ਹੈ, ਕੋਈ ਵੀ ਕਾਰਜ ਦੇ ਵਿੱਚ ਰੁਕਾਵਟ ਹੋਵੇ, ਵਿਘਨ ਵਾਧਾ ਹੋਵੇ ਮਾਂ, ਸਭ ਦੂਰ ਕਰਨਾ। ਇੱਦਾਂ ਹੀ ਤੁਹਾਡੇ ਦਰਬਾਰ 'ਤੇ ਨਤਮਸਤਕ ਹੁੰਦੇ ਰਹਿਣਗੇ ਔਰ ਆਪਣਾ ਆਸ਼ੀਰਵਾਦ ਇਹਨਾਂ ਦੇ ਸਿਰ 'ਤੇ ਦੇਣਾ, ਕੋਈ ਵੀ ਜਿਹੜਾ ਕੰਮ 'ਚ ਰੁਕਾਵਟ ਹੈ ਦੂਰ ਕਰਨੀ ਹੈ। ਦੋਸਤੋ, ਮੇਰੇ ਸਾਹਮਣੇ ਅੱਜ ਬਹੁਤ ਮਹਾਨ ਹਸਤੀ ਸ਼ੀਤਲ ਵੀਰ ਜੀ ਬੈਠੇ ਹੋਏ ਨੇ। ਦੋਸਤੋ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਕਿ ਅੱਜ ਮੈਂ ਜੋ ਵੀ ਹਾਂ, ਬਾਊ ਜੀ ਦੀ ਬਦੌਲਤ ਕਰਕੇ, ਇਹਨਾਂ ਦੇ ਆਸ਼ੀਰਵਾਦ ਕਰਕੇ, ਅਤੇ ਤੁਸੀਂ ਐਡ ਵੀ ਦੇਖੀ ਹੋਣੀ ਦੈਨਿਕ ਸਵੇਰਾ ਕੇਵਲ ਦੀ, ਬਾਊ ਜੀ ਨੇ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਅਪਰੋਚ ਕੀਤਾ ਅਤੇ ਬਾਊ ਜੀ ਨੇ ਆਸ਼ੀਰਵਾਦ ਦਿੱਤਾ ਮੈਨੂੰ, ਮੈਨੂੰ ਮੌਕਾ ਮਿਲਿਆ ਕਰਨ ਦਾ। ਸੋ ਬਹੁਤ ਫੋਨ ਆਉਂਦੇ ਆ, ਪਤੀਲਾ ਜੀ ਨੂੰ ਮਿਲਣਾ, ਪਤੀਲਾ ਜੀ ਨੂੰ ਮਿਲਣਾ ਹੈ। ਲੋ, ਅੱਜ ਤੁਹਾਡੇ ਵਾਸਤੇ ਔਫਰ ਹੈ, ਜੇ ਪਤੀਲਾ ਜੀ ਨੂੰ ਮਿਲਣਾ ਦੈਨਿਕ ਕੇਵਲ ਲਵਾਓ ਅਤੇ ਪਤੀਲਾ ਜੀ ਨੇ ਫੋਟੋ ਖਿਚਵਾਓ। ਗਰੰਟੀ ਮੇਰੀ ਹੈ, ਨੋਨ ਸਟੋਪ ਵਧੀਆ ਕ੍ਰਿਸਟਲ ਸਟੇਟ ਕਲੀਅਰ ਕੁਆਲਿਟੀ A1 ਕੁਆਲਿਟੀ ਤੁਹਾਨੂੰ ਮਿਲੇਗੀ ਦੈਨਿਕ ਸਵੇਰਾ ਕੇਵਲ। ਸੋ ਦੋਸਤੋ, ਤੁਹਾਡੇ ਮਨੋਰੰਜਨ ਲਈ ਤੁਸੀਂ ਮੈਨੂੰ ਕੈਰੀ ਹੋ ਜੱਟਾ, ਡੈਡੀ ਕੂਲ, ਮੁੰਡੇ ਕੂਲ, ਭਾਜੀ ਇਨ ਪ੍ਰੋਬਲਮ, ਮੇਰੇ ਯਾਰ ਕਮੀਨੇ, ਗਿੱਦੜ ਸਿੰਘੀ, ਉੱਡਦਾ ਪੰਜਾਬ, ਦੰਗਲ ਅਤੇ ਹੋਰ ਕਾਫੀ ਫਿਲਮਾਂ 'ਚ ਦੇਖਿਆ। ਹੁਣ ਮੇਰੀ ਦਿਲਜੀਤ ਨਾਲ ਫਿਲਮ ਆ ਰਹੀ ਹੈ, ਅਰਜੁਨ ਰਾਮਪਾਲ ਜੀ ਨਾਲ ਆ ਰਹੀ ਹੈ, 5 ਤਰੀਕ ਨੂੰ ਸ਼ੱਕਰ ਬਾਰੇ ਆ ਰਹੀ ਹੈ, ਪਰ ਕਈ ਬੜੇ ਧਿਆਨ ਨਾਲ ਦੇਖ ਰਹੇ ਮੈਨੂੰ, ਕਹਿੰਦੇ ਯਾਰ ਇਹ ਮੋਟਾ ਜਿਹਾ ਬੰਦਾ ਪਛਾਣਿਆ ਤਾਂ ਜਾਣ ਗਿਆ ਕੌਣ ਹੈ। ਅੱਜ ਮੈਂ ਪਛਾਣਿਆ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਅੱਜ ਮੈਂ ਨਾ ਗਿਆ। Yeah.
ਰਹਿੰਦੇ ਆ।